ਓਕੇ ਜੀ ਸਰ, ਹਾਂ ਸਰ, ਜਿਹੜੀ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਰੱਖੀ ਗਈ ਹੈ ਜੀ, ਸਭ ਤੋਂ ਪਹਿਲਾਂ ਸਾਰੇ ਹੀ ਪ੍ਰੈਸ ਦਾ ਧੰਨਵਾਦ, ਸਾਰੇ ਮੀਡੀਆ ਦਾ ਧੰਨਵਾਦ। 2 ਮਹੀਨੇ ਜ ਚੱਲਿਆ ਪ੍ਰੋਸੈਸ ਇਲੈਕਸ਼ਨ ਦਾ, ਉਹਦੇ 'ਚ ਤੁਸੀਂ ਬੜਾ ਸਾਥ ਦਿੱਤਾ। ਸਾਰੇ ਸਮੁੱਚੇ ਮੀਡੀਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕੇ ਅੱਜ, ਉਹਨਾਂ ਦਾ ਵੀ ਧੰਨਵਾਦ। ਅੱਜ ਆਪਾਂ ਇਕੱਠੇ ਹੋਏ ਹਾਂ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ। ਮੇਰਾ ਕੋਲ ਲਫਜ਼ ਨਹੀਂ, ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ, ਗੁਰੂ ਸਾਹਿਬਾਨ ਖੁਦ ਤਸ਼ਰੀਫ ਲਿਆਏ ਉਸ ਧਰਤੀ 'ਤੇ, ਮੈਂ ਜਿਸ ਵੀ ਸ਼ਕਲ 'ਚ ਗਿਆ ਮੈਨੂੰ ਚੰਗਾ ਲੱਗਾ। ਇਹ ਗੁਨਾਹਗਾਰ ਸਿਰ ਵੀ ਝੁਕਾਉਂਦਾ ਸੀ, ਮੈਂ ਅਲੱਗ ਅਲੱਗ ਮੁਕੱਦਸ ਜਗ੍ਹਾਵਾਂ 'ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ, ਸੰਗਤ ਨੂੰ ਵੀ ਮਿਲਦਾ ਸੀ, ਸਾਰੀ ਜਨਤਾ ਦਾ, ਫਰੀਦਕੋਟ ਦੀ ਜਨਤਾ ਦਾ, ਸਾਰੀ ਸੰਗਤ ਦਾ। ਮੈਂ ਔਰ ਮੇਰੇ ਸਾਥੀ ਤਹਿ ਦਿਲੋਂ ਰੂਹਾਨੀ ਤੌਰ 'ਤੇ ਬਾਹਰੋਂ ਅਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਂਗਾ। ਜਿੰਨੀ ਦੇਰ ਮੈਂ ਜ਼ਿੰਦਾ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ। ਤੁਸੀਂ ਬਹੁਤ ਪਿਆਰ ਦਿੱਤਾ, ਬੀਜੇਪੀ ਦੇ ਸਾਰੇ ਵਰਕਰ ਸਾਹਿਬਾਨ ਦਾ, ਦੋਨੇ ਜ਼ਿਲ੍ਹਾ ਅਧਿਆਕਸ਼ਾਂ ਦਾ, ਕਨਵੀਨਰਸ ਦਾ, ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ, ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ, ਬੜਾ ਪਿਆਰ ਮਿਲਿਆ, ਅਥਾਹ ਪਿਆਰ ਮਿਲਿਆ। ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ। ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ, ਦੁੱਖ ਤਾਂ ਤੁਹਾਡੇ ਹਿੱਸੇ ਆਵੇ ਨਾ, ਸੁੱਖ ਵਿੱਚ ਤੁਸੀਂ ਬੁਲਾਓ ਕਦੀ ਵੀ, ਮੈਂ ਹਾਜ਼ਰ ਹੋਵਾਂਗਾ। ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਹਾਂ, ਮੇਰਾ ਫਰਜ਼ ਹੈ। ਸੋ ਤੁਹਾਨੂੰ ਕਦੀ ਵੀ ਤੱਤੀ ਵਾਹ ਨਾ ਲੱਗੇ, ਤੁਸੀਂ ਘੁੱਗ ਵਸੋ ਵਸੋ, ਮੇਰਾ ਸੋਹਣਾ ਪੰਜਾਬ ਵੀ ਘੁੱਗ ਵਸੇ, ਸ਼ਾਂਤ ਰਹੇ। ਹਾਂਜੀ, ਤੁਸੀਂ ਵੋਟਰ ਦਾ ਧੰਨਵਾਦ ਕਰ ਦਿੱਤਾ। ਹਾਂਜੀ, ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੀ ਮੰਨਦੇ ਹੋ? ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ, ਮੈਨੂੰ ਸਿਰਫ ਇੰਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ, ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ। ਹਾਰ ਦਾ ਕੀ ਕਾਰਨ ਆ, ਇਹ ਸਾਰੀ ਪਾਰਟੀ ਦੇ ਵਰਕਰ ਸਾਹਿਬਾਨ, ਬਾਕੀ ਸਾਰੇ ਅਹੁਦੇਦਾਰ, ਸੰਗਠਨ ਸਾਰਾ ਬੈਠੇਗਾ, ਉਹ ਚਿੰਤਨ ਕਰੇਗਾ। ਮੈਨੂੰ ਤਾਂ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ, ਬਹੁਤ ਜ਼ਿਆਦਾ ਨਿਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ, ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਿਹੋਣਾ ਹੀ ਹਾਂ, ਮੈਨੂੰ ਵਾਂਝਾ ਹੀ ਰਹਿ ਗਿਆ, ਮੈਂ ਨਹੀਂ ਸਿੱਖ ਸਕਿਆ। ਲੇਕਿਨ ਮੈਨੂੰ ਇੰਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ। ਜਿੰਨੇ ਕੁ ਲੋਕਾਂ ਤੱਕ ਪਹੁੰਚ ਕੀਤੀ ਆ, 1,25,000 ਲੋਕ ਥੋੜ੍ਹੇ ਨਹੀਂ ਹੁੰਦੇ, ਉਹਨਾਂ ਦਾ ਮੈਂ ਧੰਨਵਾਦ ਹਾਂ, ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ, ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦੀ ਹਾਂ। ਜੋ ਵੀ ਕਾਰਨ ਸੀਗਾ ਮੈਂ ਪੂਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ। ਇਲੈਕਸ਼ਨ ਓਵਰ ਹੋ ਗਿਆ, ਇਹਨੂੰ ਮੈਚ ਸਮਝੋ, ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤੱਤੇ ਹੋ ਜਾਂਦਾ ਬੰਦਾ, ਕੋਈ ਮੇਰੇ 'ਤੇ ਗਿਲਾ ਹੋਏਗਾ, ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ 'ਤੇ, ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ। ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ, ਲੇਕਿਨ ਮੈਂ ਹੁਣ ਇਹ ਕਹਾਂਗਾ ਕਿ ਇਲੈਕਸ਼ਨ ਇਜ਼ ਓਵਰ, ਤੁਸੀਂ ਵੀ ਡਿਲੀਟ ਕਰ ਦਿਓ, ਮੈਂ ਤਾਂ ਆਟੋ ਡਿਲੀਟ 'ਤੇ ਲੱਗਾ ਹੋਇਆ, ਤੁਸੀਂ ਡਿਲੀਟ ਜ਼ਰੂਰ ਕਰ ਦਿਓ, ਮੇਰੀ ਹੱਥ ਜੋੜ ਕੇ ਬੇਨਤੀ ਆ। ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ
ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਡਿਲੀਟ ਕਰ ਦਿੰਦਾ, ਮੇਰਾ ਪਿਆਰ ਲਈ ਜਨਮ ਹੋਇਆ, ਪਿਆਰ ਹੀ ਵੰਡਦਾ ਰਹਾਂਗਾ। ਆਪੋਜੀਸ਼ਨ ਪਾਰਟੀਆਂ ਵੱਲੋਂ ਕਈ ਐਲੀਗੇਸ਼ਨ ਲਗਾਏ ਜਾ ਰਹੇ ਸੀ, ਇੱਥੇ ਤੱਕ ਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਗਿਆ, ਇਹ ਕਹਿ ਦਿੱਤਾ ਗਿਆ ਜਿਹੜਾ ਕੈਂਡੀਡੇਟ ਹੈ ਉਹਨੂੰ ਚੇਂਜ ਕਰ ਦਿੱਤਾ ਜਾਵੇ। ਹਾਂਜੀ, ਆਪੋਜੀਸ਼ਨਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ, ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ, ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ 'ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ। ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ, ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ। ਇਸ ਕਰਕੇ ਇਸ ਇਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਗੋਈ ਕਰਦਾ, ਇਹ 'ਚ ਆਹ ਨੁਕਸ ਹੈ, ਇੱਕ ਆਹ ਨੁਕਸ ਹੈ, ਆਪਣੇ ਗੁਣ ਦੱਸਣੇ ਹੁੰਦੇ ਆ। ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ, ਕੰਮ ਕਰਨੇ ਦੱਸਿਆ, ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ। ਉਹਨੇ 3-4 ਵੀਡੀਓ ਪਾਈਆਂ ਸੀ ਮੇਰੇ ਖਿਲਾਫ਼, ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਕਰ ਦਿਓ। ਮੈਂ ਕਿਹਾ ਕਿ ਲੋਕ ਹੋਰ ਤਾਂ ਮੈਨੂੰ ਚੰਗਾ ਭਲਾ ਕਹਿੰਦੇ ਆ, ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ, ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10-12 ਸਾਲ ਦਿੱਤੇ ਆ, ਕੋਈ 10 ਮਿੰਟ ਵੀ ਦੇ ਦੇਵੇ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਮੈਂ ਤੁਹਾਡੇ ਤੋਂ ਕੁਛ ਨਹੀਂ ਲਿਆ, ਤੁਹਾਨੂੰ ਦਿੱਤਾ ਹੀ ਆ, ਕਮ ਸੇ ਕਮ ਤੁਸੀਂ ਤਾਂ ਨਾ ਮੈਨੂੰ ਇੱਦਾਂ ਦਾ ਬਿਹੇਵ ਕਰੋ। ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ। ਹਾਂਜੀ, ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਸਾਹਿਬ, ਤੀਜੀ ਵਾਰੀ ਹੈਟ੍ਰਿਕ ਲਾ ਰਿਹਾ, ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾਲ ਬਣ ਰਿਹਾ, ਦਿੱਲੀ ਜਾਵਾਂਗਾ ਮੈਂ, ਬਾਕੀ ਜੋ ਮਾਲਕ ਦੇ ਹੱਥ ਹੈ। ਕੋਈ ਗੱਲ ਨਹੀਂ, ਬੰਦੇ ਦਾ ਕੰਮ ਹੈ ਹੌਸਲਾ ਵਧਾਉਣਾ, ਉਹਨਾਂ ਨੇ ਹੌਸਲਾ ਵਧਾਉਣ ਲਈ ਵਰਕਰਸ ਦਾ ਕਿਹਾ ਸੀ, ਸਰਕਾਰ ਤਾਂ ਬਣ ਹੀ ਰਹੀ ਹੈ ਨਾ, ਔਰ ਸ਼ਾਨੋ ਸ਼ੌਕਤ ਨਾਲ ਬਣ ਰਹੀ ਹੈ। ਹਾਂਜੀ ਹਾਂਜੀ, ਸਾਰੇ ਪੰਜਾਬ 'ਚ ਹੀ ਵਧਿਆ ਜੀ ਵੋਟ ਬੈਂਕ, ਇਹਦਾ ਮਤਲਬ ਫਿਊਚਰ ਬੀਜੇਪੀ ਲਈ ਬਹੁਤ ਅੱਛਾ ਹੈ। ਕਿੱਥੋਂ? ਅੱਛਾ, ਇਹ ਦੇਖ ਲਓ ਬੜੀ ਹੈਰਾਨੀ ਦੀ ਗੱਲ ਹੈ। ਹੈਰਾਨੀ ਦੀ ਗੱਲ ਹੈ ਇਹ, ਮੇਰੇ ਲਈ ਮੈਨੂੰ ਨਹੀਂ ਸੀ ਪਤਾ, ਇਹ ਹੈਰਾਨੀ ਦੀ ਗੱਲ ਹੈ ਕਿ ਅਯੋਧਿਆ 'ਚੋਂ ਵੀ ਬੰਦਾ ਹਾਰ ਗਿਆ, ਅਤੇ ਇਹਦਾ ਮਤਲਬ ਰਾਮ ਜਾਣੇ ਹੁਣ। ਹਾਂ, ਜੇ ਕੋਈ ਦੋਸਤ ਆਪਸ ਵਿੱਚ ਜਾਂ ਭੈਣ ਭਰਾ ਅਲੱਗ ਅਲੱਗ ਹੁੰਦੇ ਆ, ਨੁਕਸਾਨ ਤਾਂ ਹੁੰਦਾ ਹੀ ਆ। ਜੇ ਸੱਚੀ ਮੁਹੱਬਤ ਸੀ ਤਾਂ ਰੀਯੂਨੀਅਨ ਹੋ ਜਾਣੀ ਚਾਹੀਦੀ ਸੀ, ਜੇ ਮਤਲਬੀ ਯਾਰੀ ਸੀ ਤਾਂ ਉਹਦੇ ਨਾਲ ਉਹ ਟੁੱਟ ਗਈ ਚੰਗੀ ਆ। ਕੋਈ ਵੀ ਰੀਜ਼ਨ ਹੋ ਸਕਦਾ, ਜਿੰਨਿਆਂ ਨੇ ਮੈਨੂੰ ਪਾਈ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਰੀਜ਼ਨ ਮੈਂ ਤੁਹਾਨੂੰ ਦੱਸਿਆ, ਚਿੰਤਨ ਕਰਾਂਗੇ ਕਿ ਕਿਹੜੀਆਂ ਕਮੀਆਂ, ਕਿਉਂ ਨਹੀਂ ਆਪਣੀ ਪਾਰਟੀ ਨੂੰ ਜਾਂ ਆਪਣੇ ਪਾਰਟੀ ਦੇ ਕੈਂਡੀਡੇਟ ਨੂੰ ਉਸ ਤਰ੍ਹਾਂ ਕੀਤਾ ਗਿਆ ਡੀਲ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ। ਇਨ ਫਿਊਚਰ ਉਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ। ਆਦਮਪੁਰ ਦੇ ਜਿਹੜੇ ਵਿਧਾਇਕ ਹੈ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕਹਿ ਰਹੇ ਹੈ ਸਰਕਾਰ ਬਣਾਉਣ ਲਈ ਕੇਂਦਰ ਸਰਕਾਰ ਇੱਧਰ ਉੱਧਰ ਘੁੰਮਦੀ ਪਈ ਹੈ। ਨਹੀਂ, ਕੋਈ ਕਿਸੇ ਘੁੰਮਣ ਦੀ ਲੋੜ ਨਹੀਂ, NDA ਕੋਲ ਕਾਫੀ ਸੀਟਾਂ ਨੇ, ਸਾਰੇ NDA 'ਚ ਜਿੰਨੇ ਵੀ ਹੈਗੀਆਂ ਪਾਰਟੀਆਂ ਉਹ ਇਕੱਠੀਆਂ ਨੇ, ਇੱਕਜੁੱਟ ਨੇ, ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਆ, 8 ਤਰੀਕ ਨੂੰ ਉਹ ਸੈਰੇਮਨੀ ਹੋ ਰਹੀ ਹੈ।
ਭਗਵੰਤ ਮਾਨ ਦਾ ਅਸਤੀਫਾ ਮੰਗਿਆ ਵਾ ਕਿ ਜੋ ਹਾਲਾਤ ਅੱਜ ਆਮ ਆਦਮੀ ਪਾਰਟੀ ਦੇ ਹੋਏ ਆ, ਹਾਂਜੀ, ਤੁਸੀਂ ਉਹਨਾਂ ਬਾਰੇ ਕੁਛ ਕਹਿਣਾ ਚਾਹੋਗੇ? ਨਹੀਂ, ਮੇਰੇ ਤੋਂ ਦੋਸਤ ਨੇ, ਪਿਆਰੇ ਦੋਸਤ ਨੇ, ਦੋਸਤ ਹੀ ਰਹਿਣਗੇ। ਇੱਕ ਆਰਟਿਸਟ ਬਣਿਆ CM, ਅਤੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਹਮੇਸ਼ਾ। ਤੁਹਾਡੇ ਸਾਹਮਣੇ ਵੀ ਆਰਟਿਸਟ ਹੀ ਖੜੇ ਸੀ। ਹਾਂ, ਮੈਂ ਉਹਨਾਂ ਬਾਰੇ ਕਦੇ ਬੁਰਾ ਨਹੀਂ ਬੋਲਿਆ। ਆਰਟਿਸਟ ਖੜੇ ਸੀ ਨਾ, ਆਰਟਿਸਟ ਆਰਟਿਸਟ ਨਾਲ ਲੜੇ, ਤਾਂ ਦੇਖੋ ਕਿੱਡੀ ਚੰਗੀ ਗੱਲ ਹੈ। ਬੁਰਾ ਨਹੀਂ ਉਹ ਬੋਲਦਾ ਕਿਸੇ ਬਾਰੇ। ਉਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ? ਨਹੀਂ, ਲੋਕਾਂ ਨੇ ਬਹੁਤ ਪਸੰਦ ਕੀਤਾ। ਲੋਕਾਂ ਨੇ ਪਸੰਦ ਕੀਤਾ ਪਰ ਜਿਤਾਇਆ ਨਹੀਂ। ਕੋਈ ਗੱਲ ਨਹੀਂ, ਜਿੱਤ ਹਾਰ ਦੀ ਨਹੀਂ ਗੱਲ, ਕਰੋੜਾਂ ਲੋਕ, ਲੱਖਾਂ ਲੋਕਾਂ ਨੇ ਪਸੰਦ ਵੀ ਕੀਤਾ, ਸਾਰਿਆਂ ਨੂੰ ਪਸੰਦ। ਪਿਆਰ ਬੇਤ ਇੰਤਹਾ ਪਿਆਰ ਆ। ਰੋਜ਼ ਕਿੰਨੇ ਟਾਈਮ ਫੁੱਲਾਂ ਦੀ ਵਰਖਾ ਵੀ ਹੁੰਦੀ ਸੀ, ਕੁਛ ਇੱਕ ਨਫ਼ਰਤ ਹੈ ਤਾਂ ਉਹਨੂੰ ਭੁੱਲ ਜਾਓ, ਮੁਹੱਬਤ ਨੂੰ ਯਾਦ ਰੱਖੋ। ਕੋਈ ਗੱਲ ਨਹੀਂ, ਜਿਹੜਾ ਵੀ ਜਿੱਤਿਆ, ਜਿਹੜਾ ਵੀ ਹਰਿਆ, ਉਹਦਾ ਚਿੰਤਨ ਕਰਾਂਗੇ। ਪਾਰਟੀ ਜਿੱਤਣੀ ਚਾਹੀਦੀ ਹੈ, ਹੰਸਰਾਜ ਹੰਸਦਾ ਕੋਈ ਨਹੀਂ। ਪਿੱਛੇ ਦਿੱਲੀ 'ਚ ਤੁਸੀਂ 5 ਸਾਲ ਗੁਜ਼ਾਰੇ, ਬਹੁਤ ਅੱਛੇ। ਹਾਂਜੀ, ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ। ਹਾਂਜੀ, ਪੰਜਾਬ 'ਚ ਕੋਈ ਸੀਟ ਨਹੀਂ? ਹਾਂਜੀ, ਕੋਈ ਗੱਲ ਨਹੀਂ, ਮੈਨੂੰ ਮੇਰੇ 'ਤੇ ਉਹਨਾਂ ਨੇ ਯਕੀਨ ਕੀਤਾ। ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ, ਔਰ ਉਹਦੇ ਨਾਲ ਇਹ ਫਾਇਦਾ ਹੋਇਆ, ਲੋਕ ਜਾਗੇ, ਜਿਹੜੇ ਸਮਾਜ ਸੁੱਤੇ ਹੋਏ ਸੀ, ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ, ਉਹ ਜਾਗੇ ਆ, ਤਾਂ ਪਰਸੈਂਟੇਜ ਵਧੀ ਆ, ਅੱਗੋਂ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ। ਦੇਖੋ, ਆਈ ਹੋਪ ਸੋ, ਚੰਗਾ ਸੋਚਣਾ ਚਾਹੀਦਾ, ਚੰਗਾ ਸੋਚਣਾ ਚਾਹੀਦਾ। ਵੀ ਲੜ ਚੁੱਕੇ ਹੋ? ਹਾਂਜੀ, ਜਲੰਧਰ ਤੋਂ। ਹਾਂਜੀ, ਅਤੇ ਹੁਣ ਤੁਸੀਂ BJP ਵੱਲੋਂ ਵੀ ਲੜਿਆ, ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ? ਹਾਂਜੀ, ਪਿਆਰ ਹੈ ਜੀ, ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ। ਮੈਂ ਜਿਹਦੇ ਵੱਲੋਂ ਲੜਾਂ ਤਾਂ ਉਹਦੇ ਨਾਲ ਵੀ ਪਿਆਰ ਹੈ, ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਦਾ। ਤੁਸੀਂ ਦੇਖਿਆ, ਮੈਂ ਤਾਂ ਪਿਆਰ ਤੋਂ ਸਿਵਾ ਕੁਛ ਕਰ ਹੀ ਨਹੀਂ ਸਕਦਾ। ਇਲੈਕਸ਼ਨ 'ਚ ਸਾਰੇ ਤਰੀਕੇ ਅਪਣਾਉਂਦੇ ਆ, ਸਾਰੇ ਤਰੀਕੇ ਅਪਣਾਏ ਜਾਂਦੇ, ਉਹ 'ਚ ਧਰਮ ਵੀ ਆ ਜਾਂਦਾ, ਵਿੱਚ ਜ਼ਾਤ ਪਾਤਾਂ ਵੀ ਆਈ ਜਾਂਦੀਆਂ, ਮੈਂ ਦੇਖਿਆ। ਅਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ 'ਚ ਜਦੋਂ ਇਲੈਕਸ਼ਨ ਲੜਿਆ ਸੀ, ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ, ਚਾਹੇ ਮੈਨੂੰ ਜਿਤਾਓ ਅਤੇ ਚਾਹੇ ਹਰਾਓ। ਉੱਦਣ ਵੀ ਮੈਂ, ਜਿੱਦਣ ਕੰਪੇਨ ਓਵਰ ਹੋਈ ਹੈ, ਮੈਂ ਛੱਡ ਕੇ ਆ ਗਿਆ ਸੀ। ਮੈਂ ਕਿਹਾ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ, ਕਿੱਦਾਂ ਵੋਟਾਂ ਪਵਾਉਣੀਆਂ, ਮੈਂ ਗਿਣਤੀ 'ਚ ਵੀ ਨਹੀਂ ਆਉਣਾ, ਅੱਗੋਂ ਰੱਬ ਦੇ ਹੱਥ ਹੈ। ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਿਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੰਪੇਨ ਕਰਨ, ਮਾਵਾਂ ਰੋ ਰੋ ਕੇ ਕਹਿੰਦੀਆਂ ਸੀ ਨਸ਼ਾ ਖਤਮ ਕਰੋ। ਅਤੇ ਵਿਡੰਬਨਾ ਦੇਖੋ, ਤ੍ਰਾਸਦੀ ਦੇਖੋ, ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ, ਇਸ ਮੁਲਕ ਦਾ ਸਿਸਟਮ ਦੇਖੋ। ਆ ਕਲਾਕਾਰ ਜਾਂ ਨਹੀਂ, ਕੈਂਡੀਡੇਟ ਜਾਂ ਪੋਲੀਟੀਸ਼ਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ, ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ, ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ। ਸੋ ਮੈਂ ਉਹਦਾ ਹਿੱਸਾ ਨਹੀਂ, ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ, ਇਲੈਕਸ਼ਨ ਜਿੱਤਾਂ ਅਤੇ ਭਾਵੇਂ ਹਾਰਾਂ, ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਅਤੇ ਨਾ ਮੈਂ ਇਸ ਹੱਕ ਵਿੱਚ ਹਾਂ। ਹੁਣ ਤਾਂ ਉੜਤਾ ਵੀ ਨਹੀਂ, ਉੜਨ ਜੋਗਾ ਰਿਹਾ ਹੀ ਨਹੀਂ ਜੀ, ਮਾਵਾਂ ਵਹਿਣ ਪਾਉਂਦੀਆਂ। ਕਿਹਨਾਂ ਨੂੰ? ਹਾਂ, ਚੰਗਾ ਲਿਖਣ ਅਤੇ ਚੰਗਾ ਗਾਉਣ,
ਸੰਗੀਤ ਦੇ ਜ਼ਰੀਏ ਚੰਗਾ ਪ੍ਰਚਾਰ ਕਰਨ। ਅੱਛਾ, ਉਹਨਾਂ ਨੂੰ ਅਪੀਲ ਤਾਂ ਸਾਰਾ ਜਹਾਨ ਹੀ ਕਰ ਰਿਹਾ ਜਿਹੜੇ ਵਾਅਦੇ ਕੀਤੇ ਆ। ਸਭ ਤੋਂ ਪਹਿਲਾਂ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ, ਅਤੇ ਨਸ਼ੇ ਬੰਦ ਕਰੋ, ਅਜੇ ਟਾਈਮ ਹੈ, ਲੋਕ ਐਪਰੀਸ਼ੀਏਟ ਕਰਨਗੇ। ਹਾਂਜੀ, ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ, ਲੇਕਿਨ ਮੈਂ ਰੱਬ ਦਾ ਸ਼ੁਕਰ ਗੁਜ਼ਾਰ ਹਾਂ, ਮੈਂ ਆਪਣੇ ਵਿਰੋਧੀ ਦੇ ਖਿਲਾਫ਼ ਵੀ ਨਹੀਂ, ਕਿਸੇ ਪਾਰਟੀ ਦੇ ਖਿਲਾਫ਼, ਕਿਸੇ ਬੰਦੇ ਖਿਲਾਫ਼ ਵੀ ਪਰਸਨਲ ਅਟੈਕ ਨਹੀਂ ਕੀਤਾ। ਬਾਬਾ ਫਰੀਦ ਦੀ ਨਗਰੀ ਆ, ਮੁਕੱਦਸ ਨਗਰੀ ਆ, ਉੱਥੇ ਤਾਂ ਜਦੋਂ ਮੈਂ ਗਾਉਣ ਵੀ ਜਾਂਦਾ ਸੀ ਤਾਂ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ, ਨੰਗੇ ਪੈਰੀ ਮੈਂ ਫਿਰਿਆ, ਨੰਗੇ ਪੈਰੀ ਜਾਇਆ ਕਰਾਂਗਾ। ਹਰ ਦੁੱਖ ਸੁੱਖ 'ਚ ਖੜਾ ਹੋਵਾਂਗਾ ਜਦੋਂ ਯਾਦ ਕਰਾਂਗੇ, ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ। ਜੇ ਮੈਂ ਆਊਟ ਆਫ ਦੀ ਵੇ ਜਾ ਕੇ ਕੰਮ ਕਰਾਂਗਾ ਤਾਂ ਤੁਹਾਨੂੰ ਪਤਾ ਜਿਹੜੀ ਪਾਰਟੀ 'ਚ ਆ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਤਾਂ ਅਗਲਾ ਮੰਡਲ ਅਧਿਆਕਸ਼ ਤੱਕ ਕਹਿ ਦਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ 'ਚ। ਇਸ ਕਰਕੇ ਮੈਂ ਬਿਨਾਂ ਬੁਲਾਇਆ ਤਾਂ ਨਹੀਂ ਜਾਵਾਂਗਾ। ਹਾਂ, ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ 'ਚ ਹਾਜ਼ਰ ਰਹਾਂਗਾ। ਜਦੋਂ ਮੈਨੂੰ ਫੋਨ ਕਰਨਗੇ, 2-4 ਦਿਨ ਦਾ ਥਕੇਵਾਂ ਹੈਗਾ, ਜੇ ਮੈਂ ਘੱਟ ਫੋਨ ਲੈ ਸਕਾਂ ਤਾਂ ਮੈਨੂੰ ਮਾਫ਼ ਕਰ ਦੇਣ, ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ। ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ, ਜਦੋਂ ਗਾਉਂਦਾ ਹੁੰਦਾ ਸੀ ਉਦੋਂ ਵੀ, ਹੁਣ ਵੀ। ਪੰਜਾਬ ਲਈ ਇਹੀ ਸੁਨੇਹਾ, ਸ਼ਾਂਤ ਰਹੋ, ਇਲੈਕਸ਼ਨ ਓਵਰ ਹੋ ਗਿਆ, ਹੁਣ ਬਾਹਲਾ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ, ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਾਰ ਵੀ ਜਾਂਦੇ ਨੇ, ਬਾਅਦ ਵਿੱਚ ਪਿਆਰ ਨਾਲ ਰਹੋ, ਆਪਣਾ ਇਤਫਾਕ ਭਾਈਚਾਰਾ ਬਣਾ ਕੇ ਰੱਖੋ। ਪੰਜਾਬ 2027 ਲਈ ਬਹੁਤ ਅੱਛਾ ਬੀਜੇਪੀ ਲਈ ਸਮਾਂ ਆਏਗਾ, ਪਰਸੈਂਟੇਜ ਜਿਹੜੀ ਵਧੀਆ ਇਹਦੇ ਤੋਂ ਆਈਡੀਆ ਲੱਗਦਾ।